ਅਸਲਾਮ ਅਲੈਕੁਮ ਜੀ, ਮੈਂ ਹਾਂ ਤੁਹਾਡਾ ਆਪਣਾ ਹੋਸਟ ਬਾਬਾ ਜੀ। ਖਾਲਸਾ ਰਾਜ ਫੁੱਟ ਸਟੈਪਸ ਇਨ ਪਾਕਿਸਤਾਨ, ਸੇਫ ਗੁਰਦੁਆਰਾਜ਼ ਐਂਡ ਟੈਂਪਲਸ ਆਫ ਪਾਕਿਸਤਾਨ ਪੰਜਾਬ ਪੇਜ ਔਰ ਪੰਜਾਬੀ ਕਲਚਰ ਐਂਡ ਹੈਰੀਟੇਜ। ਖਾਲਸਾ ਰਾਜ ਵਾਲ ਫਰੈਸਕੋ ਐਂਡ ਆਰਟਸ ਵਰਕ ਨੂੰ ਲੈ ਕੇ ਅੱਜ ਮੈਂ ਪਹੁੰਚਿਆ ਵਾਂ ਨੂਰਪੁਰ। ਨੂਰਪੁਰ ਖੁਰਦ ਹੈ। ਅਗਰ ਤੁਸੀਂ ਸਿਆਲਕੋਟ ਤੋਂ ਪਸ਼ੂ ਰੋਡ 'ਤੇ ਜਾਓ ਤਾਂ ਰਸਤੇ ਦੇ ਵਿੱਚ ਇੱਕ ਚੰਗਾ ਵੱਡਾ ਪਿੰਡ ਆਉਂਦਾ ਜਿਹਦਾ ਨਾਂ ਹੈ ਅਕਬਰ, ਔਰ ਅਕਬਰ ਦੀ ਅਗਰ ਬੈਕ ਸਾਈਡ 'ਤੇ ਤੁਸੀਂ ਆਉਂਦੇ ਹੋ ਤਾਂ ਰਾਮਪੁਰ ਆਉਂਦਾ। ਰਾਮਪੁਰ ਦੀ ਬੈਕ ਸਾਈਡ 'ਤੇ ਅਗਰ ਤੁਸੀਂ ਆਉਂਦੇ ਹੋ ਤਾਂ ਤੁਹਾਨੂੰ ਉੱਥੇ ਮਿਲਦਾ ਨੂਰਪੁਰ, ਨੂਰਪੁਰ ਖੁਰਦ ਮਿਲਦਾ, ਔਰ ਡੇਰਾ ਸੰਤਾਂ ਦਾ, ਸੰਤਾਂ ਦਾ ਡੇਰਾ ਜਿੱਥੇ ਗਏ ਸਾਧੂ ਸੰਤ ਫਕੀਰ ਆ ਕੇ ਬੈਠਦੇ ਸਨ। ਇਹ ਉਹ ਪਿੰਡ ਨੇ ਜਿੱਥੇ ਕਿ ਬਕਾਇਦਾ ਤੌਰ 'ਤੇ ਵਿਸਾਖੀ ਜਿਹੜੀ ਸੀ ਉਹ ਲੱਗਦੀ ਸੀ, ਔਰ ਵਿਸਾਖੀ ਦਾ ਬੜਾ ਵੱਡਾ ਮੇਲਾ ਹੁੰਦਾ ਸੀ। ਔਰ ਇਹ ਉਹ ਇਹ ਸਰੋਵਰ ਹੈ, ਉਹ ਬਹੁਤ ਵੱਡਾ ਸਰੋਵਰ ਹੈ ਕਿ ਜਿਹਦੇ ਵਿੱਚ ਘੱਟੋ ਘੱਟ ਉਸ ਵੇਲੇ ਜਿਹੜਾ 10,000 ਬੰਦੇ ਦੇ ਨਹਾਉਣ ਦੀ ਜਗ੍ਹਾ ਹੁੰਦੀ ਸੀ, ਇੰਨਾ ਵੱਡਾ ਤਲਾਬ ਹੁੰਦਾ ਸੀ। ਔਰ ਇਸ ਇਲਾਕੇ ਦੇ ਵਿੱਚ ਡਿਸਟ੍ਰਿਕਟ ਸਿਆਲਕੋਟ ਦੇ ਅੰਦਰ ਇਹ ਜਗ੍ਹਾ ਜਿਹੜੀ ਸੀ ਉਹ ਇੱਕ ਆਪਣੀ ਅਹਿਮੀਅਤ ਸੀ। ਕੌਲ ਰਾਏ ਸਾਹਿਬ, ਉਹ ਅਗਰ ਤੁਸੀਂ ਇਹ ਦੇਖੋ ਤਾਂ ਇਹ ਤੁਹਾਡੇ ਪਿੰਡ ਤੋਂ ਹਾਰਡਲੀ ਸਿਰਫ 2 ਕਿਲੋਮੀਟਰ ਦੇ ਫਾਸਲੇ ਦੇ ਉੱਤੇ ਵੇ ਕੌਲ ਰਾਏ ਸਾਹਿਬ। ਤੁਸੀਂ ਜ਼ਰੂਰ ਇਹਨੂੰ ਇਸ ਦੇ ਬਾਰੇ ਜਿਹੜਾ ਹੈ ਇਹ ਸੰਤਾਂ ਦਾ ਜਿਹੜਾ ਡੇਰਾ ਜਿਹਨੂੰ ਨੂਰਪੁਰ ਖੁਰਦ ਕਿਹਾ ਜਾਂਦਾ ਹੈ, ਇਸ ਜਗ੍ਹਾ ਦੇ ਮੁਤਲਕ ਸਾਨੂੰ ਜ਼ਰੂਰ ਤੁਸੀਂ ਰੋਸ਼ਨੀ ਪਾਉਣਾ ਕਿ ਐਡਾ ਵਿਸ਼ਾਲ ਹਲੇ ਵੀ ਐਡਾ ਪਾਣੀ, ਇਹ ਛੱਪੜ ਨਹੀਂ ਹੈ, ਇਹ ਤਲਾਬ ਹੈ, ਇਹ ਸਰੋਵਰ ਹੈ, ਉਹ ਸਰੋਵਰ ਹੈ ਜਿੱਥੇ ਕਿ ਵਿਸਾਖੀ ਨਾਈ ਜਾਂਦੀ ਸੀ ਕਦੀ। ਐਨੀਵੇ, ਵਕਤ ਗੁਜ਼ਰ ਗਿਆ, ਜਦੋਂ ਵੰਡ ਪਈ ਪੰਜਾਬ ਦੀ ਤਾਂ ਬੜਾ ਕੁਛ ਬਦਲਿਆ, ਬੜੇ ਲੋਕਾਂ ਨੂੰ ਕੱਖੋਂ ਲੱਖ ਔਰ ਬੜੇ ਲੋਕ ਜਿਹੜੇ ਲੱਖੋਂ ਕੱਖ ਹੋਏ। ਆਓ, ਤੁਹਾਨੂੰ ਇਸ ਦੀ ਜਿਹੜੀ ਖਾਸ ਜਿਹੜੀ ਵਜ੍ਹਾ ਹੈ, ਇੱਥੇ ਕੁੱਲ ਤਕਰੀਬਨ ਹੁਣ ਜਿਹੜੀਆਂ ਖਲੋਤੀਆਂ ਹੋਈਆਂ ਸਮਾਧੀਆਂ ਨੇ ਉਹ ਦੇਖਣ ਲਾਇਕ ਨੇ ਕਿ ਇਹ ਇਲਾਕਾ ਕਿੰਨੇ ਕੁ ਅਮੀਰ ਲੋਕਾਂ ਦੇ ਹੱਥ ਵਿੱਚ ਸੀ। ਮੈਂ ਹੈਰਾਨ ਹੋ ਗਿਆ ਦੇਖ ਕੇ। ਆਓ ਮੇਰੇ ਨਾਲ, ਜੋ ਮੈਂ ਦੇਖ ਰਿਹਾ ਉਹ ਤੁਸੀਂ ਦੇਖੋ ਮੇਰੀ ਕੈਮਰੇ ਦੀ ਨਜ਼ਰ ਨਾਲ। ਕੋਈ ਇੱਥੇ ਤਕਰੀਬਨ ਦੱਸ ਰਹੇ ਨੇ ਕਿ ਵੱਡੀਆਂ ਛੋਟੀਆਂ ਕੁੱਲ ਮਿਲਾ ਕੇ 11 ਸਮਾਧੀਆਂ ਸਨ, ਜਿਨ੍ਹਾਂ ਦੇ ਵਿੱਚੋਂ 8 ਅੱਜ ਵੀ ਖਲੋਤੀਆਂ ਹੋਈਆਂ ਨੇ। ਵਿਸ਼ਾਲ ਸਟਰਕਚਰ ਤੁਸੀਂ ਦੇਖੋ, ਕਿੰਨੇ ਕਿੰਨੇ ਵੱਡੇ ਔਰ ਕਿੰਨੇ ਕਿੰਨੇ ਹੈਵੀ ਨੇ, ਔਰ ਕੁਛ ਤਾਂ ਨਾਨਕ ਸ਼ਾਹੀ ਨਾਲ ਬਣੇ ਹੋਏ ਨੇ। ਲੇਕਿਨ ਉਹ ਜਿਹੜੇ ਅਗਰ ਤੁਸੀਂ ਅਗਲੇ ਸਟਰਕਚਰ ਦੇਖਦੇ ਹੋ, ਇਹ ਸਾਰਾ ਸਟਰਕਚਰ ਜਿਹੜਾ ਮੁਗਲਈ ਤਰਜ਼ ਦੇ ਵਿੱਚ ਦੇਖੋ ਤੁਸੀਂ, ਇਹ ਸਭ ਮੁਗਲਈ ਦੇ ਵਿੱਚ ਨਜ਼ਰ ਆ ਰਿਹਾ। ਉਹ ਅਗਲਾ ਵੀ ਜਿਹੜਾ ਉਹ ਮੁਗਲਈ ਦੇ ਵਿੱਚ ਨਜ਼ਰ ਆ ਰਿਹਾ। ਆਓ ਜੀ, ਇਹ ਹੁਣ ਇੱਥੇ ਕੋਈ ਵੀ ਨਹੀਂ ਹੈ, ਨੋਨ ਮੁਸਲਿਮ ਘਰ ਬਹੁਤ ਘੱਟ ਨੇ। ਔਰ ਤੁਸੀਂ ਦੇਖੋ ਕਿ ਉੱਤੇ ਇਹ ਵਾਲ ਪੇਂਟਿੰਗ, ਵਾਲ ਫ੍ਰੈਸਕੋਸ ਜਿਹੜੇ ਨੇ ਹਲੇ ਵੀ ਆਸਾਰ ਜਿਹੜੇ ਨੇ ਨਜ਼ਰ ਆ ਰਹੇ ਨੇ। ਉਹ ਅਗਰ ਅੰਦਰ ਦੇਖਿਆ ਜਾਵੇ ਤਾਂ ਉੱਥੇ ਵੀ ਤੁਸੀਂ ਦੇਖੋ ਅਤੇ ਉੱਥੇ ਵੀ ਤੁਸੀਂ ਦੇਖੋ ਇਹ ਨਜ਼ਰ ਆ ਰਿਹਾ ਕੋਈ, ਜਿਸ ਤਰ੍ਹਾਂ ਕੋਈ ਬੇਨਤੀ ਕਰ ਰਿਹਾ, ਕੋਈ ਜਿਹੜਾ ਕੋਈ ਤਪੱਸਿਆ ਕਰ ਰਿਹਾ ਰੱਬ ਵੱਲ ਨੂੰ ਮੂੰਹ ਕਰਕੇ। ਮੈਂ ਦੇ ਅੰਦਰ ਦਾ ਥੋੜ੍ਹਾ ਜਿਹਾ ਤੁਹਾਨੂੰ ਦਿਖਾਉਂਦਾ ਚਲਾਂ। ਇਹ ਦੇਖੋ ਬਲਰ ਹੋ ਗਿਆ, ਰੋਸ਼ਨੀ ਠੀਕ ਨਹੀਂ ਹੈ। ਇਹ ਬਿਲਕੁਲ ਖਾਲੀ ਹੈ, ਔਰ ਇਹ ਵਾਲੀ ਸਮਾਧ ਜਿਹੜੀ ਹੈ ਕਿਸੇ ਸਿੱਖ ਫੈਮਿਲੀ ਦੀ ਹੈ, ਕਿਉਂਕਿ ਜਿਸ ਤਰ੍ਹਾਂ ਬਾਕੀ ਸਮਾਧੀਆਂ ਮੈਂ ਦਿਖਾਉਂਦਾ ਵਾਂ ਉਸ ਤਰ੍ਹਾਂ ਇਹ ਸਮਾਧੀ ਵੀ ਹੈ। ਇਹ ਦੇਖੋ ਤੁਸੀਂ। ਅੱਛਾ, ਕੁਛ ਲੋਕ ਕਹਿੰਦੇ ਸਨ ਕਿ ਤੁਸੀਂ ਹਰ ਛੋਟੀ ਜਿਹੜੀ ਹੈ ਸਮਾਧੀ ਹੈ ਉਹਨੂੰ ਤੁਸੀਂ ਨਿੱਕਾ ਗੁਰਦੁਆਰਾ ਦੇਖੋ। ਇਹ ਸਾਰੀਆਂ ਸਮਾਧੀਆਂ ਨੇ ਅਤੇ ਸਮਾਧੀਆਂ ਨੇ, ਇਹਨਾਂ ਨੂੰ ਕੋਈ ਗੁਰਦੁਆਰਾ ਨਹੀਂ ਕਹਿ ਸਕਦਾ ਕਿਉਂਕਿ ਇਹ ਐਂਸ਼ੀਅੰਟ ਗੁਰਦੁਆਰੇ ਦੀ ਸ਼ੇਪ ਨਹੀਂ ਹੈ। ਇਹ ਟੋਟਲ ਦੇ ਟੋਟਲ ਜਿੰਨੇ ਵੀ ਨੇ ਇਹ ਸਭ ਦੇ ਸਭ ਸਮਾਧ ਨੇ, ਸਮਾਧੀਆਂ ਬਣੀਆਂ ਹੋਈਆਂ ਨੇ। ਸਾਡੇ ਇੱਥੇ ਪੰਜਾਬ ਦੇ ਵਿੱਚ ਇਹਨਾਂ ਨੂੰ ਮੜੀਆਂ ਕਿਹਾ ਜਾਂਦਾ ਹੈ, ਯਾਨੀ ਮੜੀਆਂ ਮੀਨ ਕਿ ਜਿਹੜਾ ਕੋਈ ਬੰਦਾ ਮਰ ਜਾਂਦਾ ਹੈ, ਮਰਨ ਤੋਂ ਬਾਅਦ ਉਹਦੀ ਜਿਹੜੀ ਸਵਾਹ ਹੈ ਉਹਨੂੰ ਇੱਥੇ ਦੱਬ ਦਿੱਤਾ ਜਾਂਦਾ ਹੈ, ਇਸ ਵਾਸਤੇ ਇਹਨਾਂ ਨੂੰ ਮੜੀਆਂ ਕਿਹਾ ਜਾਂਦਾ ਹੈ। ਇਹ ਪਿੰਡ ਨਹੀਂ ਸੀ, ਇਸ ਸਿਰਫ ਸਾਧੂਆਂ ਸੰਗਤਾਂ ਦੀ ਬੈਠਕ ਸੀ। ਇੱਥੇ ਸਭ ਸਾਧੂ ਸੰਗਤਾਂ ਬੈਠਦੀਆਂ ਸਨ, ਲੇਕਿਨ ਪਾਰਟੀਸ਼ਨ ਤੋਂ ਬਾਅਦ ਜਦੋਂ ਲੋਕ ਇੱਥੋਂ ਆਏ ਨੇ ਇੰਡੀਆ ਤੋਂ ਮੁਹਾਜਰ ਹੋ ਕੇ ਪਾਕਿਸਤਾਨ ਵੱਲ,
ਤੇ ਇਹ ਕਿਹੜੀ ਕਿਹੜੀ ਜਗ੍ਹਾ ਤੋਂ ਜ਼ਿਆਦਾ ਲੋਕ ਆਏ ਸਨ ਇੱਥੇ? ਦਿੱਲੀ ਦੇ ਨਾਲ ਕੁਛ ਗੁੜਗਾਵਾਂ, ਗੁੜਗਾਵੇਂ ਤੋਂ ਲੋਕ ਆਏ ਨੇ ਜਿਹੜੇ ਉਹ ਇੱਥੇ ਆ ਕੇ ਆਬਾਦ ਹੋਏ ਨੇ। ਤਾਰੀਖ ਜਿਹੜੀ ਹੈ ਜਿੱਥੇ ਵੀ ਹੋਏਗੀ ਉਹ ਬੋਲਦੀ ਹੈ ਔਰ ਆਪਣਾ ਆਪ ਦੱਸਦੀ ਹੈ। ਬੋਲਣ ਦੀ ਜਾਂ ਕਹਿਣ ਦੀ ਜ਼ਰੂਰਤ ਨਹੀਂ ਹੁੰਦੀ ਕਿਉਂਕਿ ਤਾਰੀਖ ਕਦੀ ਵੀ ਕਿਸੇ ਸਮੇਂ ਵੀ ਖਤਮ ਨਹੀਂ ਕੀਤੀ ਜਾ ਸਕਦੀ। ਫਰਦਰ 100 ਈਅਰਸ ਤੋਂ ਬਾਅਦ, 200 ਈਅਰਸ ਤੋਂ ਬਾਅਦ ਜਿਹੜਾ ਆਰਕਿਓਲੋਜਿਸਟ ਆਉਂਦੇ ਨੇ, ਜ਼ਮੀਨ ਦੀ ਖੁਦਾਈ ਕਰਦੇ ਨੇ ਔਰ ਦੁਬਾਰਾ ਤੋਂ ਉਹਨਾਂ ਚੀਜ਼ਾਂ ਨੂੰ ਫਿਰ ਤੋਂ ਦਰਿਆਫਤ ਕਰ ਲੈਂਦੇ ਨੇ। ਲੇਕਿਨ ਜਿਸ ਹਾਲ ਦੇ ਵਿੱਚ ਵੀ ਹੈ, ਇਹ ਸਾਰਾ ਦਾ ਸਾਰਾ ਵਿਰਸਾ ਜਿਹੜਾ ਚਾਹੇ ਬੇਹਾਲ ਹੈ ਲੇਕਿਨ ਮੌਜੂਦ ਜ਼ਰੂਰ ਹੈ ਇੱਥੇ, ਕਿਉਂਕਿ ਇਹਨਾਂ ਦਾ ਕੋਈ ਯੂਜੇਜ ਨਹੀਂ ਹੈ। ਨਾ ਤਾਂ ਇਹ ਮੰਦਿਰ ਨੇ, ਨਾ ਇਹ ਗੁਰਦੁਆਰੇ ਨੇ, ਇਸ ਵਾਸਤੇ ਸਿਰਫ ਇੱਕ ਯਾਦ ਹੈ ਮਰੇ ਹੋਏ ਲੋਕਾਂ ਦੀ। ਇਹ ਦੇਖੋ ਇੱਕ ਹੋਰ ਸਮਾਧੀ, ਇਹ ਪੂਰਾ ਸਮਾਧੀਆਂ ਦਾ ਕੰਪਲੈਕਸ ਹੈ। ਇਹ ਸਾਰਾ ਰਾਮਪੁਰ ਔਰ ਉਸ ਤੋਂ ਬਾਅਦ ਨੂਰਪੁਰ ਔਰ ਨਾਲ ਇੱਧਰ ਜਿਹੜਾ ਅਕਬਰ ਪਿੰਡ ਹੈ, ਇਹ ਸਾਰੇ ਪਿੰਡਾਂ ਦੇ ਜਿਹੜੇ ਵੱਡੇ ਵੱਡੇ ਜਿਹੜੇ ਹੈ ਸਨ ਨਾ, ਸਾਰੇ ਦੇ ਸਾਰੇ ਵੱਡੇ ਲੋਕ ਸਨ, ਉਹਨਾਂ ਦੀਆਂ ਜਿਹੜੀਆਂ ਸਮਾਧੀਆਂ ਸਨ ਉਹ ਇੱਥੇ ਸਨ। ਇਹ ਦੇਖੋ ਤੁਸੀਂ ਮਹਾਦੇਵ ਦੀਆਂ ਮੂਰਤੀਆਂ ਸਾਫ ਨਜ਼ਰ ਆ ਰਹੀਆਂ ਨੇ। ਇਹ ਸਿੱਧਨਾਥ ਬਾਲਕ, ਵਾਲ ਫਰੈਸਕੋ ਹੈ ਸਮਾਧੀ ਦਾ ਔਰ ਬਹੁਤ ਪਿਆਰੀ ਫੁਲਕਾਰੀ ਕੀਤੀ ਹੋਈ ਹੈ। ਲੇਕਿਨ ਵਕਤ ਦੇ ਨਾਲ ਨਾਲ ਹਰ ਚੀਜ਼ ਜਿਹੜੀ ਹੈ ਉਹ ਅਲੋਪ ਹੋ ਜਾਂਦੀ ਹੈ।